हाँ जी दोस्तों, इस वक्त आप खड़े हाँ जी दिल्ली बॉर्डर पर, जिथे कि अपना किसान मोर्चा लगा हुआ। अपने भाई जतेंद्र हुनी, भाई जतेंद्र बोयल अपना बहुत खास सज्जन है, तो नाल अपने वीर एक यूवी, तो बाई का ट्रैक्टर है 7000 जिदी आप पहला भी एक वीडियो तुहानू दित्ती सी, पर उदों जिहड़ा सीगा समान सी लाया होया सीगा उदों खेत दे विच चल रहा सी ट्रैक्टर। तो हुण बाई आपां दसूगा ट्रैक्टर बारे पूरा भी इहदे उत्ते की इहने बाई ने कलाकारी की, ज़्यादातर ये कम आप ही कर लैंदा बाई। ਕਿਉਂ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਕਿਵੇਂ ਦੱਸੋ ਹੁਣ, ਕਿਉਂਕਿ ਉਸ ਦਿਨ ਤਾਂ ਆਪਾਂ ਟਰੈਕਟਰ ਜਦੋਂ ਉਸ ਦਿਨ ਆਪਾਂ ਵੀਡੀਓ ਬਣਾਈ ਆ, ਉਸ ਦਿਨ ਤਾਂ ਆਪਾਂ ਬਿਜ਼ੀ ਸੀ ਹੈ ਨਾ ਖੇਤ ਦੇ ਵਿੱਚ, ਅਤੇ ਅੱਜ ਇਹਦੇ ਬਾਰੇ ਦੱਸੋ ਪੂਰਾ ਵੀ ਇਹਦੇ ਵਿੱਚ ਤੁਸੀਂ ਜਿਹੜਾ 7000 ਫੋਰਡ ਆ ਇਹਨੂੰ ਕਿਵੇਂ ਮੋਡੀਫਾਈ ਕਰਕੇ 7000 ਬਣਾਤਾ ਜਿਹੜਾ ਤੁਸੀਂ ਨਿਊ ਹੋਲੈਂਡ ਨੂੰ। ਇਹ ਭਾਜੀ 7000 ਇੱਦਾਂ ਸੀ, ਫੋਰਡ ਲਾ ਦਿੱਤੀ ਆਪਾਂ, ਪਹਿਲਾਂ ਸ਼ੋਅ ਲਾਈ ਹੈ ਫੋਰਡ ਵਾਲੀ ਨਾ ਜੀ, ਹਾਂਜੀ, ਫਿਰ ਇਹ ਸਟਿੱਕਰ ਹੋਰ ਲਗਾ ਦਿੱਤੇ, ਭੱਠੀ ਭੁੱਠੀ ਅੱਗੇ ਕੀਤੀ ਅੰਦਰੋਂ, ਫੈਂਟਰ ਕੂਲਰ ਦਾ ਬਦਲਿਆ, ਟਰਬੋ ਟੁਰਬੋ ਦਾ ਅੱਗੇ ਪਿੱਛੇ ਚੇਂਜ ਕੀਤਾ, ਸਲਾਂਸਰ ਘੁਮਾਉਣ ਤੇ ਕੁਛ ਕੀਤਾ, ਜਾਣੀ ਕਿ ਉਹਦੇ ਵਿੱਚ ਅੱਗੇ ਪਿੱਛੇ ਆਪ ਇੰਟਰਸਟ ਵਗੈਰਾ। ਠੀਕ ਆ ਜੀ, ਸ਼ੁਰੂ ਤੋਂ ਆ ਗਿਆ ਸਿੰਪਲ ਤੋਂ ਇਦਾਂ ਤੋਂ ਦੱਸ ਦਿਓ ਵੀ ਕੀ ਤੁਸੀਂ ਕੀਤਾ, ਜਿਵੇਂ ਹੈ ਨਾ ਜਿਹੜੇ ਜਿਹੜੇ ਕੰਮ ਵੀ ਆਪਾਂ ਇਹਦੇ ਵਿੱਚ ਕੀਤੇ ਆ, ਬਾਕੀ ਕੁਝ ਬਾਕੀ ਤਾਂ ਭਾਜੀ ਆਮ ਟਰੈਕਟਰ ਵਾਂਗੂ ਵੀ ਮੋਡੀਫਾਈ ਕੀਤਾ, ਜਿੱਦਾਂ ਟਾਇਰ ਪਾ ਲਏ, ਬੰਪਰ ਬੁੰਪਰ ਆਮ ਲਵਾ ਲਏ ਹੈ ਨਾ, ਜਾਣੀ ਕਿ ਫੋਰਡ ਦੀ ਦੇਖਣ ਨੂੰ ਇਹ ਸੀ ਆਪਾਂ ਸ਼ੋਅ ਬਣਾ ਲਈ ਆ। ਠੀਕ ਹੈ ਭਾਜੀ, ਸ਼ੋਅ ਲਾ ਤੀ, ਏਅਰ ਕਲੀਨਰ ਅੱਗੇ ਆ ਗਿਆ, ਹੋਲੈਂਡ ਦਾ ਪਿੱਛੇ ਹੁੰਦਾ, ਗ੍ਰਿਲ ਲਾ ਤੀ ਫੋਰਡ ਦੀ, ਆਪਾਂ ਇਹ ਸਪੈਸ਼ਲ ਗ੍ਰਿਲ ਲਿਆਂਦੀ ਆਪਣੇ ਬਾਈ ਨੇ ਦਿੱਤੀ ਗਿਫਟ ਆਪਾਂ ਨੂੰ। ਆਰਵੀ ਭਾਜੀ ਨੇ, ਆਰਵੀ ਸਿੱਧੂ BTS ਵਾਲੇ, ਉਹਨਾਂ ਨੇ ਗਿਫਟ ਕੀਤੀ ਸੀ ਅਤੇ ਉਹ ਕਰ ਦਿੱਤੀ। ਬਾਕੀ ਭਾਜੀ ਟਾਇਰ ਟੁਰੇ ਅੱਜ ਦਾ ਵੀ ਸੋਹਣਾ ਲੱਗਦਾ ਟਰੈਕਟਰ ਫੋਰਡ ਦੇ ਵਿੱਚ, ਅਤੇ ਬਾਕੀ ਹੁਣ ਜਿਵੇਂ ਤੁਹਾਡਾ ਟਰੈਕਟਰ ਇਹ ਮੇਰੇ ਹਿਸਾਬ ਨਾਲ ਇੱਥੇ ਅੰਦੋਲਨ ਦੇ ਪੂਰਾ ਖਿੱਚ ਦਾ ਕੇਂਦਰ ਬਣਿਆ ਪਿਆ ਵਾ ਨਾ। ਹਾਂਜੀ ਭਾਜੀ, ਖਿੱਚ ਦਾ ਲੋਕ ਬਾਈ ਇੱਥੇ ਫੋਟੋਆਂ ਬਹੁਤ ਖਿਚਾਉਂਦੇ ਟਰੈਕਟਰ ਤੇ ਆ ਕੇ, ਜਿਹੜਾ ਵੀ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਫੋਟੋ ਖਿੱਚੀ ਜਾਂਦੀ। ਹਾਂਜੀ ਹਾਂਜੀ ਭਾਜੀ, ਇਹ ਨਾਲ ਹੀ ਆਪਣੇ ਗਰੁੱਪ ਦੇ ਸਾਰੇ ਆਪਾਂ ਇਕੱਠੇ ਖੜੇ ਆ, ਸਾਰਿਆਂ ਨੂੰ ਇੱਕ ਤੋਂ ਇੱਕ ਦੇਖਣ ਨੂੰ ਵਧੀਆ ਲੱਗਦਾ ਆ, ਜੋ ਵੀ ਨਾਲ ਆ ਸਾਰੇ ਆਪਣੇ ਨਾਲ ਆ ਮੁੰਡੇ। ਠੀਕ ਹੈ ਜੀ, ਆਪਣੇ ਗਰੁੱਪ ਦੇ ਆ ਭਰਾ ਬੜੇ ਸਾਰੇ ਆਪਣੇ। ਤੇ ਜਿਹੜਾ ਬੰਪਰ ਇਹ ਵੀ ਕਾਫੀ ਹੈਵੀ ਲੱਗਦਾ ਏ। ਹਾਂਜੀ, ਬੰਪਰ ਆਪਣੇ ਭਾਜੀ ਮਾਲਪੁਰ ਤੋਂ ਲਾਉਂਦੇ ਆ ਸਪੈਸ਼ਲ ਬੰਪਰ ਦਾ, ਉਹਨਾਂ ਨੇ ਲਾਇਆ ਇਹ ਬੰਪਰ, ਉਹਨਾਂ ਦਾ ਮੁੰਡਾ ਆਪਣਾ ਖਾਸ ਮਿੱਤਰ ਆ, ਮੰਨਿਆ ਮੁੰਡਾ। ਠੀਕ ਹੈ, ਤੇ ਇਹ ਲੰਬਾ ਜਾਣੀ ਕਿ ਲੰਬਾ ਲੱਗ ਗਿਆ। ਤੇ ਕਿੰਨੇ ਵਾਰ ਆ ਗਿਆ ਜੀ ਆਪਣਾ ਟਰੈਕਟਰ ਇੱਥੇ, ਦੇ ਕਿੰਨਾ ਟਾਈਮ ਆ ਗਿਆ ਭਾਜੀ? ਤੀਜੀ ਵਾਰ ਆ ਗਿਆ, ਪਹਿਲਾਂ ਆਏ ਸੀ ਤੋ ਬਾਈਲਰਸ ਲਿਆਉਣਾ ਸੀ, ਉਹ ਥੋੜ੍ਹਾ ਜਿਹਾ ਕੰਮ ਪੈ ਗਿਆ ਕਰਕੇ ਰੁਕ ਲਿਆ, ਫਿਰ ਆਉਣ ਤੋਂ ਬਾਅਦ ਚੱਲ ਗਿਆ, ਫਿਰ 26 ਲਈ ਫਿਰ ਦੁਬਾਰਾ ਆਏ ਪਿੰਡੋਂ, ਹੋਰ ਟਰੈਕਟਰ ਲਿਆਉਂਦੇ, 10-12 ਟਰੈਕਟਰ ਹੋਰ ਆਏ ਪਿੰਡੋਂ ਫਿਰ। ਅਤੇ ਫਿਰ ਇੱਦਾਂ ਸੀ ਵੀ ਅਸੀਂ ਪਿੰਡੋਂ ਆਏ ਗਏ ਨਾਲ, ਜਦੋਂ ਆਉਣਾ ਸੀ ਇਕੱਠੇ ਸਾਰੇ ਆਈਏ, ਜੂਣੀ ਸੀਗੇ ਨਾਲ, ਕੀਰਤ ਸੀ ਆਪਣਾ ਸੁਲਤਾਨਪੁਰ ਤੋਂ। ਠੀਕ ਹੈ, ਹਾਂ ਯੂਬੀ ਭਰਾ ਸੀ ਨਾਲ, ਇਹਨਾਂ ਦਾ ਟਰੈਕਟਰ ਆਇਆ ਸੀਗਾ ਨਾਲ। ਹਾਂਜੀ ਹਾਂਜੀ ਹਾਂਜੀ, ਤਾਂ ਭਾਅ ਜੀ ਇੱਦਾਂ ਤੀਜਾ ਗੇੜਾ ਲੱਗ ਗਿਆ ਸਾਡਾ ਜੀ। ਅੱਛਾ, ਲਗਭਗ ਆ ਜਿੰਨੇ 2.5 ਮਹੀਨੇ 3 ਮਹੀਨੇ ਹੋ ਗਿਆ, 2 ਮਹੀਨੇ ਇੱਥੇ ਹੀ ਆ ਜੀ। ਠੀਕ ਆ, ਹੁਣ ਕਿੰਨੇ ਦਿਨ ਹੋ ਗਏ ਆਇਆਂ ਨੂੰ ਇੱਥੇ? ਹੁਣ ਭਾਅ ਜੀ ਅਸੀਂ ਆਏ ਹਾਂ 16-17 ਤਰੀਕ ਦੇ ਆਏ ਹਾਂ, 26 ਤੋਂ ਪਹਿਲਾਂ, 26 ਕਰਕੇ ਉਹ ਤੋਂ ਪਹਿਲਾਂ ਚਲੇ ਗਏ ਸੀਗੇ, ਪਹਿਲਾਂ ਆਏ ਸੀਗੇ, ਫਿਰ ਆਉਣ ਜਾਣ ਕੀਤੀ, ਫਿਰ ਦੁਬਾਰਾ ਆਏ, ਫਿਰ ਪਿੰਡੋਂ ਹੋਰ ਟਰੈਕਟਰ ਲੈ ਕੇ ਆਏ, ਪਰੇਡ ਲਈ ਸਪੈਸ਼ਲ ਇਸ ਕਰਕੇ ਆਉਂਦੀ ਬਣੀ। ਤੇ ਇੱਕ ਜਿਹੜਾ ਆਪਣਾ ਬੋਇਲ 7000, ਇਹ ਕੀ ਆ ਜੀ ਬੋਇਲ? ਇਹ ਭਾਅ ਜੀ ਆਈਡੀ ਆਪਣੀ ਇੰਸਟਾਗ੍ਰਾਮ ਤੇ। ਹਾਂਜੀ ਹਾਂਜੀ, ਬੋਇਲ 7000। ਜੇ ਕੋਈ ਸੰਪਰਕ ਕਰਨਾ ਚਾਹੁੰਦਾ ਹੋਵੇ ਤੇ ਇਸ ਤੇ ਸੰਪਰਕ ਕਰ ਸਕਦਾ? ਹਾਂਜੀ, ਇਹ ਤੇ ਕਰ ਸਕਦਾ ਜੀ, ਆਪਣਾ ਹੀ ਆਪਣੀ ਆਈਡੀ ਆ ਇਹ ਜਿਹੜੀ। ਤੇ ਹੋਰ ਕੋਈ ਮਗਰੋਂ ਵੀ ਕੁਝ ਕਰਵਾਇਆ ਜਾਂ ਸਿਰਫ ਇਹ ਸਿਸਟਮ ਦਾ? ਤੇ ਅੱਗੇ ਮਗਰੋਂ ਕੁਝ ਖਾਸ ਨਹੀਂ, ਉਹ ਐਕਸਲ ਬਦਲੇ ਆ। ਅੱਛਾ ਜੀ, ਐਕਸਲ ਉਹ ਬਣਾ ਕੇ ਪਾਏ ਆ, ਵੀ ਕੰਮ ਵੀ ਦੇਈ ਜਾਂਦੇ ਆ, ਤਾਂ ਰੋਡ ਤੇ ਵੀ ਸਪੀਡ ਕਾਫੀ ਭੱਜ ਜਾਂਦੀ ਟਰੈਕਟਰ ਦੀ। ਠੀਕ ਹੈ, ਤੇ ਜਿੱਦਾਂ ਹੁਣ ਦਿੱਲੀ ਨੂੰ ਇੰਨੇ ਗੇੜੇ ਲੱਗ ਗਿਆ ਤਾਂ ਤੇਲ ਤੂਲ ਹਿਸਾਬ ਦਾ ਖਾਂਦਾ ਉਹਦੇ ਕਰਕੇ। ਹਾਂਜੀ, ਬਜਾਏ ਤੇ ਕਿੰਨਾ ਖਰਚਾ ਕਰਤਾ ਬਾਈ? ਖਰਚਾ ਨਹੀਂ ਭਾਜੀ ਹੁਣ ਕਹਿ ਸਕਦੇ ਹਾਂ। ਅੱਛਾ, ਖਰਚੇ ਵਾਲਾ ਤਾਂ ਪੁੱਛੋ ਨਾ, ਦੁਨੀਆ ਪਰੇ ਤੋਂ ਪਰੇ ਬੈਠੀ ਆ ਨਾ ਭਾਜੀ। ਹਾਂ ਹਾਂ, ਆਪਾਂ ਐਵੇਂ ਲੋਕ ਫੜਾਂ ਤਾਂ ਬਥੇਰੀਆਂ ਮਾਰੀ ਜਾਂਦੇ ਆ ਵੀ ਇੰਨੇ ਲਾਤੇ ਨੇ ਲਾਤੇ, ਜੋ ਆ ਸਾਹਮਣੇ ਹੀ ਆ, ਕਿਹੜਾ ਕਿ ਦਿਲ ਕੋ ਕੇ ਲਾਇਆ ਅੰਦਰ ਲਾਇਆ ਨਾ। ਤੇ ਮਾਡਲ ਕਿਹੜਾ ਟਰੈਕਟਰ ਆ ਹੁਣ? ਇਹ 15 ਆ ਭਾਜੀ, 15 ਮਾਡਲ ਆ ਜੀ, 36+। ਇਹਨੂੰ ਬਸ ਸ਼ੌਂਕ ਦੇ ਵਾਸਤੇ ਹੀ ਰੱਖਿਆ ਜਾਂ ਕੋਈ ਸਪੀਡ ਤੇ ਜਾਂ ਦਵੀਆਂ ਤੇ ਜਾਂ ਕਿਸੇ? ਨਹੀਂ ਨਹੀਂ ਭਾਜੀ, ਉਦਾਂ ਆਪਾਂ ਡੋਜ ਨਾਲ ਨਾਲ ਕੰਮ ਕਰਦੇ, ਮੇਲਾ ਮੂਲਾ ਲਾ ਲਈਦਾ, ਹੋਰ ਟਰੈਕਟਰ ਆਪਣੇ ਕੋਲ ਇੱਕ ਫਾਰਮ 36 ਹੋ ਰਿਹਾ। ਅੱਛਾ, ਤੇ ਬਾਈਲਾਰਸ ਵੀ ਆ, ਬਾਈਲਾਰਸ ਦਾ ਚਲੋ ਵੇਟ ਜ਼ਿਆਦੇ ਆ। ਹਾਂ ਹਾਂ, ਇਹਦੇ ਨਾਲ ਭਾਜੀ ਇਦਾਂ ਆ, ਇਹ ਆਪਾਂ ਸਿੰਪਲ ਹੀ ਰੱਖਿਆ ਆਉਣ ਜਾਣ ਲਈ ਜਿੱਦਾਂ, ਪਰ ਇਦਾਂ ਆ ਵੀ ਕੰਮ ਪੂਰਾ ਲਈਦਾ, ਤੂੜੀ ਦਾ ਵੀ ਕੰਮ ਚੱਲਦਾ ਆ, ਮੁੜ ਕੇ ਬਿਜਾਈ ਲਈ ਸਾਰੇ ਲਈ, ਤੁਸੀਂ ਦੇਖਿਆ ਜੀ ਤੁਸੀਂ ਸਾਰਾ ਕੰਮ ਜੀ, ਉਹ ਲਈਦਾ ਕੰਮ ਇੱਥੋਂ ਸਿੰਪਲ ਤੋਂ ਖੇਤੀਬਾੜੀ ਦਾ। ਸਪੀਡ ਕਿੰਨੀ ਕਹਿਦੀ ਬਾਈ? ਸਪੀਡ ਭਾਜੀ 80-85 ਦੇ ਨੇੜੇ ਜਾਂਦਾ ਜੀ। 80-85 ਦੇ ਨੇੜੇ ਚੱਲਦਾ, ਨੋਰਮਲ ਜੀ ਜਾਂਦਾ ਜਾਂ ਕੋਈ ਕਰਵਾਇਆ ਇਹਦੇ ਵਿੱਚ ਕੁਛ? ਨਹੀਂ ਕੀਤੇ, ਐਕਸਲ ਜੀ ਨਹੀਂ ਭਾਜੀ ਕੀਤੇ। ਹਾਂਜੀ, ਐਕਸਲ ਪੈ ਜਾਂਦੇ ਇਹਨਾਂ ਨੂੰ ਹੋਲਣ ਨੂੰ। ਅੱਛਾ ਅੱਛਾ, ਉਹਦੇ ਨਾਲ ਪੈ ਜਾਂਦਾ ਫਰਕ, ਕੁਛ ਬੰਪ ਚੋਂ ਕਰਕੇ ਸੈਟਿੰਗ ਹੋ ਜਾਂਦੀ। ਹਾਂਜੀ, ਠੀਕ ਹੈ। ਤੇ ਟਰਬੋ? ਟਰਬੋ ਹਾਂਜੀ ਭਾਅ ਜੀ, ਟਰਬੋ ਚੇਂਜ ਕੀਤੀ ਆ, ਥੋੜ੍ਹਾ ਹੋਰ ਲਾਇਆ ਟਰਬੋ। ਅੱਛਾ, ਜਿੱਦਾਂ ਸੀਟੀ ਬਣਾਉਂਦਾ ਆ। ਠੀਕ ਹੈ, ਇੱਕ ਵਾਰ ਕਰੀਏ ਸਟਾਰਟ ਇਹਨੂੰ ਆਪਾਂ। ਹਾਂਜੀ, ਤੇ ਤੁਹਾਨੂੰ ਇਹਦੀ ਸੀਟੀ ਵੱਜਦੀ ਦਿਖਾਉਣੀ ਇਹ ਟਰੈਕਟਰ ਦੀ। ਉੱਪਰ ਜਾ ਵੀ ਉੱਪਰ, ਆਈ ਡੋਂਟ ਨੋ।
ਤੇ ਦਰਸ਼ਕੋ ਵੀਡੀਓ ਕਿਹੋ ਜੀ ਲੱਗੀ ਇਹ ਜ਼ਰੂਰ ਦੱਸਿਓ ਜੀ ਤੇ ਬਾਈ ਦਾ ਧੰਨਵਾਦ ਬਾਈ ਧੰਨਵਾਦ ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਜੀ ਤੇ ਬਾਈ ਹੁਣੀ ਆਪਣੇ ਲਈ ਸਪੈਸ਼ਲ ਇੱਧਰ ਲੈ ਕੇ ਆਏ ਆ ਟਰੈਕਟਰ ਵੀਡੀਓ ਬਣਾਉਣ ਲਈ ਕਿਉਂਕਿ ਬੈਠੇ ਹੀ ਅੰਦੋਲਨ ਦੇ ਵਿੱਚ ਸੀਗੇ ਉੱਥੋਂ ਸਪੈਸ਼ਲ ਹੀ ਆਏ ਆ ਬਾਈਪਾਸ ਤੇ ਹਾਂਜੀ ਹਾਂਜੀ ਗਾਜ਼ੀਆਬਾਦ ਰੋਡ ਤੇ ਗਾਜ਼ੀਆਬਾਦ ਰੋਡ ਆ ਜੀ ਹਾਂਜੀ ਹਾਂਜੀ ਤੇ ਇਸ ਰੋਡ ਤੇ ਆਪਾਂ ਇਸ ਵਕਤ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ।